ਹਜ਼ਾਰ ਤੇ 900 ਰੁਪਈਏ ਦੇ ਨਾਲ ਲਿਖੇ ਲੈ ਲਿਓ, ਕਿਉਂਕਿ ਜਿਹੜੀ ਟੀਮ ਜ਼ਿੰਦਗੀ ਚੌਥੇ ਰਾਮ ਦੇ ਪੱਕੀ ਹੈਗੀ 2100 ਪੱਕਾ ਹੈ, ਜਿਹੜੀ ਦੂਜੇ ਨੰਬਰ ਦੇ ਆਊ ਉਹਨੂੰ 15,000 ਰੁਪਈਆ ਮਿਲਣਾ ਹੈ ਤੇ ਪਹਿਲਾ ਓਵਰ ਕਮਲ ਮਿਲ ਗਈ। ਜੇਤੂ ਟੀਮ ਦੇ ਅੰਪਾਇਰ ਹਜ਼ਾਰ ਜਿਹਨੂੰ ਜਿਹਨੂੰ ਪਿਛਲੇ ਮੈਚ ਦੇ ਵਿੱਚ ਪੰਡਾਲਾ ਨੇ ਦੇ ਛੱਕੇ ਵਧੀਆ ਲੱਗੇ ਤਾੜੀ ਜ਼ੋਰਦਾਰ ਮਾਰਦੇ ਮਿਲ ਗਈ। 92 ਆਰਮੀ ਲੋਖੇ ਦੇ ਮੁਕਾਬਲੇ ਵਿੱਚ ਪਹਿਲਾ ਕਹਿੰਦੇ ਸੈਮੀ ਫਾਈਨਲ ਮੈਚ ਹੈ, ਖੇਡਾਂ ਨੇ ਸਵਾਲ ਲੈਣਾ ਸਮਾਜ ਦਾ ਇੱਕ ਜ਼ੋਰਦਾਰ ਤਾੜੀ ਮਾਰ ਦੇ ਜਿਹੜਾ ਸਰੀਰ ਹੈ, ਜਿਹਨਾਂ ਨੇ ਸੈਮੀ ਦਾ ਸਵਾਲ ਲੈਣਾ ਨਾ ਇੱਕ ਜ਼ੋਰਦਾਰ ਤਾੜੀ ਮਾਰ ਦੇ। ਪਹਿਲੇ ਓਵਰ ਦੀ ਸ਼ੁਰੂਆਤ ਇੱਧਰ ਵੇਖਾਂਗੇ ਵੀ ਕਮਲ ਪਾਉਣ ਜਾ ਰਹੇ ਹੈ, ਜਿਵੇਂ ਗੱਲਾਂ ਆਉਂਦੀਆਂ ਨੇ ਵੀ ਕਮਲ ਦਾ ਫੁੱਲ ਲਹਿਰੇ ਵਾਲੇ ਚੀਕਰ ਦਾ ਹੀ ਚੁੱਕਦਾ, ਪਰ ਕਮਲ ਦੀ ਕਮਲ ਹੋਰ ਚੌਠਦਾ, ਕਮਲ ਕਹਿੰਦੇ ਹੋਰ ਚੌਠਦਾ, ਜਿਵੇਂ ਅਗਲੇ ਵਾਲੇ ਨੇ ਦੱਸਿਆ ਵੀ ਕਮਲ ਕਹਿੰਦੇ ਰਾਸ਼ਟਰੀ ਫੁੱਲ ਹੈ ਸਾਡਾ, ਐਨ ਗੱਲਾਂ ਚੱਲਦੀਆਂ, ਰਾਸ਼ਟਰੀ ਪੰਛੀ ਮੋਰ ਹੈ ਤੇ ਰਾਸ਼ਟਰੀ ਗੀਤ ਜਨ ਗਣ ਮਨ ਜਿਹੜਾ ਤੀਰ ਨਿਸ਼ਾਨਿਓ ਖੁੰਝ ਦੇ ਉਹ ਕਾਹਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਗਲਦੀ ਵਾਰ, ਜਿਹੜਾ ਪਹਿਲਾ ਗਲਦੀ ਵਾਰ ਲੋਟਾਰਾ ਕਹਿੰਦੇ ਚੰਡੀਗੜ੍ਹ ਮੇਰੀ ਪੰਜਾਬੀ ਵੀ ਸਟਰਾਈਕ ਦੇ ਹੈ, ਕਮਲ ਨੇ ਪਹਿਲੀ ਵਾਰ ਪਾਈ ਹੈ, ਜਿਵੇਂ ਗੱਲ ਕੀਤੀ ਹੈ ਨਾ ਕਮਲ ਨੇ ਵੀ ਕਮਲ ਨਵੇਂ ਬੇਟੀਏ ਨੇ ਐਨ ਤਕੜੀਆਂ ਕਬੱਡੀਆਂ ਪਾਈਆਂ ਵਰਲਡ ਕਬੱਡੀ ਕੱਪ ਦੇ ਖੁੱਦ। ਮਨਪ੍ਰੀਤ ਕੌਰ ਜਿਹਨੇ ਤੀਜੀ ਪੋਜੀਸ਼ਨ ਹਾਸਲ ਕੀਤੀ ਪੰਜਾਬ ਦੀਆਂ ਖੇਡਾਂ ਦੇ ਵਿੱਚ, ਮੇਨਕਾ ਰਾਣੀ ਜਿਹਨੇ ਭਾਗ ਲਿਆ ਤੇ ਬਲਵੀਰ ਸਿੰਘ ਜਿਹਨੇ ਸਰਕਲ ਸਟਾਈਲ ਕਬੱਡੀ ਦੇ ਵਿੱਚ ਭਾਗ ਲਿਆ, ਸਮੁੱਚਾ ਸਕੂਲ ਦਾ ਸਟਾਫ ਵੀ ਪੁੱਜ ਰਿਹਾ, ਉਹਨਾਂ ਦਾ ਵੀ ਆਪਾਂ ਧੰਨਵਾਦ ਜ਼ਰੂਰ ਕਰਾਂਗੇ ਵੀ ਕੁੜੀ ਇਹ ਕਿਸਮਤ ਥੋੜੀ ਹੈ ਜੀ ਤੈਨੂੰ ਇੰਨਾ ਸਤਿਕਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਵੀ ਕੁੜੀ ਇਹ ਕਿਸਮਤ ਕੁੜੀਏ ਤੈਨੂੰ ਇੰਨਾ ਪਿਆਰ ਦਿਆਂ, ਸੁਣਦੇ ਲੋਕਾਂ ਕੁੜੀਆਂ ਦਾ ਹੋਕਾ ਵਿਹੜੇ ਵੇਖ ਖਲਾ ਕੇ ਕਲੀਆਂ, ਪੁੱਤਰ ਨੇ ਜੇ ਮਿਠੜੇ ਮੇਰੇ ਧੀਆਂ ਵੀ ਮਿਸਰੀ ਦੀਆਂ ਡਲੀਆਂ, ਧੀਆਂ ਵੀ ਮਿਸਰੀ ਦੀਆਂ ਡਲੀਆਂ, ਕਦੇ ਗੱਲਾਂ ਮੇਰੇ ਵੀਰੋ ਚੱਲੀਆਂ ਸਰੀਰ ਦਾ ਬੀੜੀ ਆਉਂਦੀਆਂ ਤੇ ਉਹ ਵੀ ਧੀਆਂ ਹੋਈਆਂ ਮੇਰੇ ਕੋਸ਼ਿਸ਼ ਬੇਨਤੀ ਹੈ ਪ੍ਰਬੰਧਕ ਵੀਰਾਂ ਨੂੰ ਤੇ ਸਾਡੇ ਸਕੂਲ ਦੇ ਸਟਾਫ ਦੇ ਜਿੰਨੇ ਵੀ ਟੀਚਰ ਸਾਹਿਬਾਨ ਪੁੱਜੇ ਨੇ, ਲਓ ਵੇਖੋ ਰਾਣਾ ਕਹਿੰਦੇ ਚੰਡੀਗੜ੍ਹ ਹੀ ਹੈ ਖੇਡਦੇ ਮੈਦਾਨ ਵਿੱਚ, ਐਨ ਤਕੜਾ ਖਿਡਾਰੀ ਹੈ ਐਨ ਮੁੜਿਆ ਵਿਸ਼ਾਲ, ਐਨ ਸੋਹਣਾ ਮੁਕਾਬਲਾ ਕਹਿੰਦੇ ਖੇਡਿਆ ਜਾ ਰਿਹਾ ਚੰਡੀਗੜ੍ਹ ਦੀ ਭੂਤ ਮੇਰੇ ਵੀ ਖੇਡਦੇ ਮੈਦਾਨ ਵਿੱਚ ਹੈ, ਐਨ ਤਕੜਾ ਖਿਡਾਰੀ ਹੈ ਕ੍ਰਿਕਟ ਦੀ ਖੇਡਦਾ ਹੈ ਮੁੰਡੇ ਵੀ ਕਹਿੰਦੇ ਚਰਚੇ ਬੜੇ ਆ ਮੇਰੇ ਵੀਰੋ, ਆਹ ਮੁੰਡਾ ਪਿੰਡੀ ਵੱਲੋਂ ਚੰਦ ਹੋਇਆ ਯਾਰ ਇਹਨੇ ਵੀ ਡੰਡ ਲਾਉਣੇ ਆ ਇਨਿੰਗ ਤੋਂ ਬਾਅਦ ਕੁਦਰਤ ਮੁੰਡੇ ਦਾ ਕੁਦਰਤ ਖੇਡਦੇ ਮਨਾਰ ਨੇਚਰ ਨੇਚਰ ਲਵਲੀ ਬਾਲ ਸਾਹਮਣੇ ਤੱਕਾ ਕੇ ਮੁੰਡਾ ਕਹਿੰਦੇ ਚੰਡੀਗੜ੍ਹ ਹੀ ਕੁਦਰਤ ਹੈ ਲਓ ਕੁਦਰਤ ਦੇ ਰਾਂਝਾ ਮੇਰੇ ਵੀਰ ਉਧਰ ਕੁਦਰਤ ਹੈ ਖੇਡ ਮੈਦਾਨ ਦੇ ਅੰਦਰ, ਅਸ਼ੀਸ਼ ਮੇਰੇ ਪੰਜਾਬੀ ਵੀਰ ਖੇਡ ਮੈਦਾਨ ਦੇ ਅੰਦਰ ਹੈ, ਰਾਣੇ ਦੀ ਚੜ੍ਹਤ ਹੈ ਰਾਣਾ ਖੇਡਾਂ ਤੋਂ ਦੂਰ ਰਿਹਾ ਹੈ, ਦੁਨੀਆਂ ਭੁੱਲ ਗਈ ਵੀ ਰਾਣਾ ਕਿਹੜੀ ਸ਼ਾਇਦ ਦਾ ਨਾਮ ਹੈ, ਜਦੋਂ ਰਸ਼ੀਰੇ ਦੇ ਵਿੱਚ ਕੀਤੀ ਨਾ ਵਾਪਸੀ ਫਿਰ ਦੁਨੀਆਂ ਨੇ ਆਖਿਆ ਵੀ ਰਾਣਾ ਫਿਰ ਆ ਗਿਆ, ਰਾਣਾ ਫਿਰ ਆ ਗਿਆ, ਰਾਣਾ ਫਿਰ ਆ ਗਿਆ, ਹੁਣ ਵੱਡੇ ਵੱਡਿਆਂ ਨੂੰ ਤਾਪ ਚੜੂ, ਜਦੋਂ ਰਾਣਾ ਦੁਬਾਰੇ ਆਇਆ ਨਾ ਵੱਡੇ ਵੱਡੇ ਬੋਲਰਾਂ ਨੂੰ ਤਾਪ ਚੜਿਆ, ਖਿਡਾਉਣ ਵਾਲੀ ਗੱਲ ਕੀਤੀ ਹੈ ਖੇਡ ਦੇ ਮੈਦਾਨ ਵਿੱਚ, ਉਧਰੋਂ ਮੁੰਡਾ ਮੇਰੇ ਪਿੰਡੀ ਵੱਲੋਂ ਚੰਦ ਪੁੱਜਿਆ ਜਿਹੜੇ ਫਰੀਦਕੋਟ ਦੇ ਵਿੱਚੋਂ ਗਰੀਬ ਪਰਿਵਾਰ ਤੋਂ ਹੈ, ਸਾਡੇ ਭਰਾ ਨੇ ਡੰਡ ਲਾਉਣੇ ਆ ਤੇ ਜਿੰਨੇ ਵੀ ਦਰਸ਼ਕ ਬੈਠੇ ਆ ਸਾਰੇ ਨੇ ਵੱਧ ਚੜ ਕੇ ਸਨਮਾਨ ਕਰਨਾ ਨੌਜਵਾਨ ਦਾ, ਪਿੰਡੀ ਬਲੋਚਾ ਨੂੰ ਸਾਡਾ ਅਪੀਲ ਪੁੱਜਿਆ ਹੈ ਜਿਹੜਾ ਡੰਡ ਸਮਾਉਂਦੀ ਹੈ ਇੱਕ ਤਾੜੀ ਮਾਰੋ ਬਈ ਉਹ ਮੁੰਡੇ ਦੇ ਨਾਂ ਦੇ ਯਾਰ ਜਿਹੜਾ ਡੰਡ ਲਾ ਰਿਹਾ ਨਾ ਜਿਹੜੇ ਫਰੀਦਕੋਟ ਚੋਂ ਪੁੱਜਿਆ ਬਾਬੇ ਹੋਰ ਨਗਰੀ ਚੋਂ ਪੁੱਜਿਆ ਅੱਠ ਰਾਣਾ ਵੀ ਨੇ ਅੱਠ ਪਹਿਲੇ ਓਵਰ ਦੀ ਸਮਾਪਤੀ ਦੇ ਨਾਗਰੀ ਵਾਲਾ ਕਾਬਲ ਕਿੱਥੇ ਖੜਾ ਹੈ ਉਹਨੂੰ ਪਤਾ ਹੋਣਾ ਵੀ ਜਦੋਂ ਰਾਣਾ ਵੰਜ ਸੀ ਨਾ ਜਿਹੜਾ ਰਾਣਾ ਵੰਜ ਉਹਦੇ ਪੈਰ ਦੇ ਕੇ ਕਈ
ਕਈ ਜਾਫੀਆਂ ਨੂੰ ਤੇ ਕਈ ਧਾਰੀਆਂ ਨੂੰ ਕਹਿੰਦੇ ਤਾਪ ਚੜ੍ਹ ਜਾਂਦਾ ਸੀ, ਰੀਡਰਾਂ ਨੂੰ ਤਾਪ ਚੜ੍ਹਦੇ ਰਹੇ, ਰਾਣੀ ਵੰਜਦੇ ਕਹਿੰਦੇ ਕਹਿੰਦੇ ਪੈਰ ਹੀ ਦੇਖੇ ਸੀ ਕਰੀ, ਇਹ ਰੀਡਰਾਂ ਨੂੰ ਕਹਿੰਦੇ ਤਾਪ ਚੜ੍ਹ ਗਿਆ ਸੀ। ਤੇ ਰਹੀੜੇ ਜਦੋਂ ਆਇਆ ਨਾ ਰਾਣਾ ਦੁਆਰੇ, ਕਈ ਬਾਲਰਾਂ ਨੂੰ ਤਾਪ ਚੜ੍ਹ ਗਿਆ ਵੀ ਇੱਕ ਟਾਪਾ ਚੜ੍ਹੂ, ਇੱਕ ਟਾਪਾ ਚੜ੍ਹੂ। ਫਿਰ ਦੇ ਮਨਾਂ ਵਿੱਚ ਮੇਰੇ ਪੰਜਾਬੀ ਵੀ ਦਿਓ ਮੁੰਡਾ ਕਹਿੰਦੇ ਬਾਲ ਪਾ ਰਹੇ ਹੈ, ਐਨ ਤਲਵੰਡੀ ਮਰਗ ਰੱਬਦੇ ਸਾਹਮਣੇ ਹੈ, ਲਾਡੀ ਹੈ ਐਨ ਪਿਆਰੀ ਦੇ ਵਿੱਚ ਹੈ। ਗੱਲਾਂ ਹੋਈਆਂ ਬੁਰਜ ਰਾਜਗੜ੍ਹ ਦੇ ਲਾਡੀ ਦੀ ਹੈ, ਤੇ ਕੁੱਪਗਲਾਂ ਦੇ ਲਾਡੀ ਨੂੰ ਐਨ ਦੁਨੀਆ ਦੇ ਵੇਖੇ ਮਿਲ ਗਈ ਦਿਓ। ਐਨ ਮਾਲਵੇ ਦਾ ਪ੍ਰਸਿੱਧ ਪਿੰਡ ਹੈ, ਅੱਜ ਚਿੱਠਾ ਨਹੇੜਾ ਹੈ, ਜਿਹੜੇ ਸੰਗਰੂਰ ਦੇ ਵਿੱਚ ਐਨ ਵੱਡੀਆਂ ਰੌਣਕਾਂ ਹੈ। ਪਟਿਆਲਾ ਸਾਈ ਸਰਵਾਰ ਦਾ ਕਹਿੰਦੇ ਲੜਕੀਆਂ ਦੇ ਵਿੱਚ ਕਰੇਜ ਹੈ, ਲੜਕੀਆਂ ਦੇ ਵਿੱਚ ਪੈਗ ਦਾ ਮੁੱਛਦਾ ਤੇ ਪੈਗ ਦਾ ਪੱਗ ਦਾ ਮੁੱਛਦਾ ਤੇ ਪੈਗ ਦਾ ਕਹਿੰਦੇ ਬੜਾ ਅੰਗਰੇਜ਼ ਹੈ, ਜਿਹੜੇ ਪਟਿਆਲੇ ਦੇ ਪ੍ਰਸਿੱਧ ਹੋਏ ਹੈ। ਮੇਰੇ ਵੀਰ ਮਹਾਰਾਜਾ ਦੀ ਧਰਤੀ ਹੈ, ਅਮਰਿੰਦਰ ਸਿੰਘ ਨੇ ਕਹਿੰਦੇ ਜ਼ਿਲ੍ਹੇ ਦਾ ਪਰ ਅਮਰਿੰਦਰ ਦਾ ਚੱਡੀ ਪਿੰਡ ਕਹਿੰਦੇ, ਜ਼ਿਲ੍ਹੇ ਬਠਿੰਡੇ ਦਾ ਬਾਬੇ ਕਲੇ ਦੀ ਧਰਤੀ ਦਾ ਮਹਿਰਾਜ ਪੈਂਦਾ ਹੈ, ਪਰ ਪਟਿਆਲੇ ਵਾਲਾ ਕਹਿੰਦੇ ਬਾਲ ਪਾਉਣ ਦੇ ਲਈ ਫਿਰ ਤਿਆਰ ਪਰ ਤਿਆਰ ਹੈ। ਸਾਹਮਣੇ ਕਹਿੰਦੇ ਤਲਵੰਡੀ ਮਲਕ ਦੀ ਧਰਤੀ ਦਾ ਲਾਡੀ ਹੈ ਵੀ ਹੈ, ਗੁਰੂਆਂ ਦੀ ਕਿਰਪਾ ਮਾਰਦਣੀ ਪਾਟੀ ਸਿਰੇ ਦੇ ਛਕੀ ਲਾਉਣਾ ਹੈ ਤਲਵੰਡੀ ਮਲਕ ਦਾ ਲਾਡੀ। ਉਧਰ ਸਰਕਾਰੀ ਸਕੂਲ ਦਾ ਸਟਾਫ ਵੀ ਪੁੱਜਿਆ, ਉਹਨਾਂ ਦਾ ਵੀ ਧੰਨਵਾਦ ਹੈ। ਕਹਿੰਦੇ ਅਧਿਆਪਕ ਦਾ ਉਹ ਮੋਮਬੱਤੀ ਹੈ ਜਿਹੜਾ ਖੁਦ ਪੜ ਕੇ ਕਹਿੰਦੇ ਦੂਜਿਆਂ ਨੂੰ ਚਾਨਣ ਕਰਦਾ ਹੈ। ਤੇ ਸਾਡੇ ਮੁੱਖ ਮਹਿਮਾਨ ਕਹਿ ਲਈਏ ਉਹ ਵੀ ਵਿਸ਼ੇਸ਼ ਤੌਰ ਤੇ ਆਏ ਹੈ, ਲੇਕਿਨ ਬਹੁਤ ਵੱਡਾ ਧੰਨਵਾਦ ਹੈ। ਅੱਜ ਵੀਰ ਬਾਰੇ ਬੋਲਦੇ ਜਿਹੜਾ ਰੰਡ ਲਾ ਰਹੇ ਹੈ, ਇਹ ਪਿੰਡੀ ਬਲੋਚਾਂ ਤੋਂ ਆਇਆ ਮੁੰਡਾ ਹੈ, ਗਰੀਬ ਪਰਿਵਾਰ ਹੈ। ਮੈਂ ਪਹਿਲਾਂ ਬੋਲਿਆ ਵੀ ਰੱਬ ਨੇ ਪੇਟ ਲਾਇਆ, ਮੈਨੂੰ ਭਰਨਾ ਦਾ ਪੈਣਾ ਹੀ ਪੈਣਾ ਹੈ। ਰੱਬ ਨੇ ਚੋਗ ਖਿਲਾ ਰਿਹਾ ਹੈ ਤੇ ਚੋਗ ਚੁਗਣ ਦੇ ਲਈ ਆਇਆ ਹੈ, ਇਹਦਾ ਵੀ ਮਾਣ ਸਨਮਾਨ ਆਪਾਂ ਜ਼ਰੂਰ ਕਰਨਾ ਹੈ। ਅਗਲੀ ਬੋਲ ਕਹਿੰਦੇ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ 1 ਨਵੰਬਰ 1906 ਦਾ ਸਮਾਂ ਹੈ, ਪੰਜਾਬ ਤੇ ਹਰਿਆਣਾ ਕਹਿੰਦੇ ਦੂਜੀ ਵਾਲੀ ਵੰਡ ਪਈ ਰੰਗਲੇ ਪੰਜਾਬ ਦੀ 1947 ਤੋਂ ਬਾਅਦ, ਤੇ ਕਹਿੰਦੇ ਇੱਕ ਰਾਜਧਾਨੀ ਤੇ ਅੱਜ ਵੀ ਸਬਰ ਕਰੀ ਬੈਠੇ ਆ ਪੰਜਾਬ ਤੇ ਹਰਿਆਣਾ। ਤੇ ਮੁੰਡਾ ਕਹਿੰਦੇ ਆਪਣੀ ਰਾਜਧਾਨੀ ਤੋਂ ਪੁੱਟਿਆ ਹੈ, ਇਹ ਆ ਕਹਿੰਦੇ ਚੰਡੀਗੜ੍ਹ ਜਾਂ ਨੌਜਨਗੜ ਐਨ ਕਮਾਲ ਹੀ ਕਰੀ ਜਾਂਦਾ ਹੈ। ਰਾਣਾ ਕਹਿੰਦੇ ਚੰਡੀਗੜ੍ਹ ਮਿਲੇਗੀ, ਫਿਰ ਦੇ ਮਨਾਲ ਵਿੱਚ ਮਹਿਮੋੜੇ ਦੇ ਭੋਗ ਲਏ, ਐਨ ਸਿੱਧਾ ਖਿਤਾਬ ਕਹਿੰਦੇ ਚੰਡੀਗੜ੍ਹ ਦੀ ਧੂਤ ਮਿਲੇਗੀ ਰਿਓ, ਐਨ ਸਾਹਮਣਾ ਕਰਦਾ ਹੈ ਰਾਣਾ ਹੈ, ਕੁਦਰਤ ਹੈ, ਅਸ਼ਿਸ਼ ਰਾਣਾ ਹੈ। ਫਿਰ ਦੇ ਮਨਾਲ ਵਿੱਚ ਖੋਆ ਵੀ ਖੇਡਿਆ, ਐਨ ਬੱਲੇ ਬੱਲੇ ਕਰਵਾਈ ਹੈ ਲੈਦਰ ਦੇ ਉੱਪਰ ਆ ਖਿਡਾਰੀ ਨੇ, ਇਹ ਆ ਕਹਿੰਦੇ ਰਾਣਾ ਚੰਡੀਗੜ੍ਹ ਹੈ। ਫਿਰ ਦੇ ਮਨਾਲ ਵਿੱਚ ਐਨ ਗੀਤਾਂ ਦੇ ਜ਼ਰੀਏ ਚੰਡੀਗੜ੍ਹ ਦਾ ਬੜਾ ਐਨ ਚਰਚਾ ਹੋਇਆ ਹੈ, ਪਰ ਅੱਜ ਵੇਖਾਂਗੇ ਆ ਖਿਡਾਰੀ ਕਹਿੰਦੇ ਚੰਡੀਗੜ੍ਹ ਦਾ ਹੈ ਰਾਣਾ ਹੈ। ਲਓ ਪਿੰਡੀ ਬਲੋਚਾਲੇ ਬਾਈ ਦੇ ਲਈ ਪੁੱਜਦਾ ਹੋਇਆ ਮੁੰਡਾ ਡੱਡ ਬੈਠਿਆ ਲਾ ਰਿਹਾ, ਆਹ ਕਈ ਗੱਲਾਂ ਟਿਕਾਣੇ ਹੈ। 100 ਦੇ ਨੋਟ ਦੀ ਕਦਰ ਲੋਕਾਂ ਨੂੰ ਪਤਾ ਲੱਗੀ ਜਦੋਂ 500 ਤੇ 1000 ਬੰਦ ਹੋਏ ਹਨ, ਫਿਰ ਉਹ 100 ਮੰਗੇ ਲਿਆਉਂਦੇ ਹੁੰਦੇ ਸੀ, ਤੇ ਫਿਰ ਪਤਾ ਜਦੋਂ ਲਾਈਨਾਂ ਚ ਅਲੱਗ ਅਲੱਗ ਨੋਟ ਲਏ ਹਨ
ਮੋਦੀ ਸਾਹਿਬ ਦੇ ਕਰ ਰਿਹਾ ਹੈ। ਮੁਲਕ ਸੁਧਰੇ ਜਾਂ ਨਾ ਸੁਧਰੇ ਝਹਾੜਿਆ ਦਾ ਦੁਨੀਆਂ ਜ਼ਰੂਰ ਖੱਜਲ ਖਵਾਰ ਕੀਤੀ। ਕਿੰਨੇ ਟੁੱਟ ਹੋ ਗਏ ਜੀ ਦੱਸੋ ਜਰਾ, 16 ਹੋ ਗਏ। ਨੋਟ 500 ਤੇ 1000 ਦੇ ਬੰਦ ਹੋ ਗਏ। ਮੋਦੀ ਸਾਹਿਬ ਨੇ ਨੀਤੀ ਇਖਤਿਆਰ ਕੀਤੀ, ਲੋਕੀ ਦਰਿਆਵਾਂ ਦੇ ਵਿੱਚ ਬੜੇ ਨੋਟ ਰੋੜੇ, ਕਾਲੀ ਪੂੰਜੀ ਘਰ ਤੋਂ ਬਾਹਰ ਕੀਤੀ। ਨੋਟ 500 ਤੇ 2000 ਦੇ ਨਵੇਂ ਆ ਗਏ। ਫੋਟੋ ਗਾਂਧੀ ਦੀ ਥੋੜੀ ਵਿਚਕਾਰ ਕੀਤੀ, ਰਹਿਣਾ ਚੀਨ ਦੇ ਲਈ ਬੈਂਕਾਂ ਦੇ ਬਾਹਰ ਲੱਗੀਆਂ। ਐਸੀ ਸੈਂਟਰ ਸਰਕਾਰ ਨੇ ਮਾਰ ਕੀਤੀ। ਮੁਲਕ ਸੁਧਰੇ ਜਾਂ ਨਾ ਸੁਧਰੇ ਝਹਾੜੇ ਵਾਲਾ ਦੁਨੀਆਂ ਜ਼ਰੂਰ ਖੱਜਲ ਖਵਾਰ ਕੀਤੀ। ਮੁਲਕ ਸੁਧਰੇ ਜਾਂ ਨਾ ਸੁਧਰੇ ਝਹਾੜੇ ਵਾਲਾ ਦੁਨੀਆਂ ਜ਼ਰੂਰ ਖੱਜਲ ਖਵਾਰ ਕੀਤੀ। ਰਾਗੀ ਪਾਲ ਮੇਰੇ ਵੀਰ, ਖੇਡ ਮੈਦਾਨ ਦੇ ਅੰਦਰ ਮੁੰਡਾ ਕਹਿੰਦੇ ਗਾਜੇਬਾਜ਼ ਦੀ ਧਰਤੀ ਦਾ ਰਵਾਜ ਪਿਆਰੀ ਨੇ ਵਿੱਚ ਸਾਹਮਣੇ ਕਹਿੰਦੇ ਰਾਣਾ ਚੰਡੀਗੜ੍ਹੀ ਹੈ, ਐਨ ਰਗਲੇ ਪੰਜਾਬ ਦੀ ਧਰਤੀ ਹੈ, ਐਨ ਰੌਣਕਾਂ ਲੱਗੀਆਂ ਮੇਰੇ ਵੀਰ ਚੱਠੇ ਨੂੰ ਨਹੇੜੇ ਦੇ ਵਿੱਚ। ਸਰਦਾਰ ਕਹਿੰਦੇ ਮੁੰਡਾ ਪਾਉਣ ਜਾ ਰਹੇ ਹੈ, ਸਾਹਮਣੇ ਤੱਕਾਂਗੇ ਰਾਣੇ ਰਾਣੇ ਨੂੰ ਕਹਿੰਦੇ ਆਉ ਗਿਆ ਆਉ ਗਿਆ ਰਾਣਾ ਕਹਿੰਦੇ ਆਉ ਗਿਆ। ਬਲਵੀਰ ਸਿੰਘ ਆਇਆ ਸਾਡਾ ਵੀਰ, ਉਹ ਵੀ ਸਟੇਜ ਤੇ ਇੱਕ ਮਿੰਟ ਬਲਵੀਰ ਸਾਡਾ ਵੀਰ ਜਿਹਨੇ ਕਬੱਡੀ ਦੇ ਵਿੱਚ ਸਟੇਟ ਲੈਵਲ ਖੇਡਿਆ ਨਾ। ਡੀਬੀ ਸਾਹਿਬ ਦਾ ਨਾਮ ਦੱਸੋ ਜੀ ਮੈਨੂੰ ਜਰਾ, ਕੀ ਹੈ ਡੀਬੀ ਸਾਹਿਬ ਕਿਹੜੇ ਆ ਮੈਨੂੰ ਦੱਸੋ ਜਰਾ। ਵਧਾਈਆਂ ਜੀ ਤੁਹਾਨੂੰ, ਮੁਬਾਰਕਬਾਦ ਹੈ। ਜਦੋਂ ਕੋਈ ਸ਼ਗਿਰਦ ਤਹਾਂ ਨੂੰ ਲੰਘਦਾ ਨਾ ਬੜਾ ਮਾਣ ਹੋ ਜਾਂਦਾ। ਸਚਿਨ ਤੇਂਦੁਲਕਰ ਤੋਂ ਪੁੱਛਿਆ ਗਿਆ ਸੀ ਤੇਰੇ ਲਈ ਮਾਣ ਦੀ ਕੀ ਗੱਲ ਹੈ, ਤੇ ਜਦੋਂ ਉਹਨੇ ਆਪਦੇ ਗੁਰੂ ਦਾ ਨਾਮ ਲਿਆਣਾ ਤੇ ਸਿਰ ਕਹਿੰਦੇ ਐਨ ਉੱਚਾ ਹੋ ਗਿਆ। ਦੱਸੋ ਜੀ ਜਰਾ ਕੀ ਨਾਮ ਹੈ। ਤਾਰਾ ਸਿੰਘ ਜੀ, ਇੱਕ ਤਾਰੀ ਤਾਰਾ ਸਿੰਘ ਜੀ ਦੇ ਨਾਮ ਤੇ ਮਾਰ ਦੋ ਜੀ ਜਰਾ। ਤਾਰਾ ਸਿੰਘ ਜੀ ਨੇ ਕਹਿੰਦੇ ਦੱਸਿਆ ਗੁਣ। ਬਲਵੀਰ ਸਿੰਘ ਭੀਰੂ ਬਾਈ ਸਟੇਜ ਤੇ ਆ ਜਾ, ਜਿੱਥੇ ਵੀ ਮੇਰੀ ਗੱਲ ਸੁਣਦਾ ਹੈ ਬਲਵੀਰ ਸਿੰਘ ਭੀਰੂ ਹੈਪੀ ਜਿਹੜਾ ਵੀ ਹੈਗਾ ਉਹਨੂੰ ਪਤਾ ਹੈਪੀ ਸਟੇਜ ਖੇਡਿਆ ਹੈ। ਆ ਜੇ ਵੀ ਬਲਵੀਰ ਸਿੰਘ ਲਓ, ਆਹ ਮੁੰਡੇ ਨੇ ਇੱਕ ਮੋਟਰਸਾਈਕਲ ਜਿੱਤੇ ਗਾਜੇ ਵਾਸੀ ਧਰਤੀ ਤੋਂ। ਕੌਣ ਕਾਲਾ ਮੇਰੇ ਵੀ ਜੋ ਪਿੰਡੀ ਬਲੋਚਾਂ ਦਾ ਵੀਰ, ਕਹਿੰਦੇ ਗੇੜਾ ਲਵੇ ਇਹਦਾ ਮਾਣ ਸਮਾਣ ਜ਼ਰੂਰ ਕਰਨਾ। ਇਹਨੇ ਕਹਿੰਦੇ ਡੰਡ ਵੀ ਮਾਰੇ ਇਹਦਾ ਮਾਣ ਸਮਾਣ ਜ਼ਰੂਰ ਕਰਨਾ। ਕਾਲਾ ਮੇਰੇ ਵੀ ਜੋ ਵੀ ਚਾਹ ਡੰਗਿਆਂ ਦੀ ਚਾਰ ਤਾਂ ਮਖਰੀ ਖਾ ਗਿਆ ਟੁੱਕਦੇ ਧਰ ਕੇ, ਲੋਕੀ ਤਾਂ ਇਹਨੂੰ ਕਾਲਾ ਕਹਿੰਦੇ, ਮੈਨੂੰ ਮਿਲਿਆ ਮਰ ਕੇ ਫੁੱਲ ਵੇ ਗੁਲਾਬ ਦੇ ਜਿਹੜੇ ਪਟਿਆਲੇ ਦਾ ਮਾਲ ਮੇਰੇ ਗਿਰੇ ਹੋ ਖੇਡ ਦੇ ਮੈਦਾਨ ਵਿੱਚ ਮਾਲ ਪਾਉਣਾ ਹੋਇਆ ਸਾਹਮਣੇ ਲਾਵਾ ਹੈ ਤਲਵੰਡੀ ਮਲਕ ਵਾਲਾ ਲਾਓ ਰਾਈਟ ਬਾਲ ਦੇ ਇਸ਼ਾਰੇ ਹੈ ਜੋਤ ਪਟਾਲ ਵਾਲਾ ਮੇਰੇ ਗਿਰੇ ਹੋ ਖੇਡ ਦੇ ਮੈਦਾਨ ਵਿੱਚ ਵਾਈਟ ਦੇ ਇਸ਼ਾਰੇ ਕਰ ਗਏ ਹੈ। ਪਿਛਲਾ ਮੈਚ ਜਿੱਤਿਆ ਕਹਿੰਦੇ ਪਟਾਲ ਦੀ ਟੀਮ ਨੇ ਤੇ ਟੀਮ ਸੈਮੀ ਖੇਡੂਗੀ, ਐਂ ਵੇਖਾਂਗੇ ਵੀ ਸ਼ੇਰ ਦੇ ਨਾਲ। ਜੇ ਅੱਜ ਕਹਿੰਦੇ ਕਾਲਾ ਪਟਾਲ ਵਾਲਾ ਮੋਟਰਸਾਈਕਲ ਜਿੱਤਦਾ ਨਾ ਤੇ ਗੱਲ ਸੁਣੀ ਤੇ ਸਹਾਗੇ ਵਾਲੀ ਹੈ ਮੇਰੇ ਵੀਰ। ਕਾਲੇ ਨੇ ਕਹਿੰਦੇ ਦੁਨੀਆਂ ਜਿੱਤਣ ਵਾਲੀ ਗੱਲ ਕੀਤੀ ਪਿਛਲੇ ਮੈਚ ਦੇ ਵਿੱਚ, ਕਿੱਡਾ ਸਵਾਦ ਆਉਣਾ ਹੈ ਜੇ ਪਟਾਲ ਵਾਲਾ ਕਹਿੰਦੇ ਮੋਟਰਸਾਈਕਲ ਜਿੱਤ ਕੇ ਲੈ ਕੇ ਜਾਵੇਗਾ। ਕਿੱਡੀ ਮਾਂ ਨੂੰ ਖੁਸ਼ੀ ਹੋਵੇਗੀ, ਕਿੱਡੀ ਬਾਪ ਨੂੰ ਖੁਸ਼ੀ ਹੋਵੇਗੀ ਵੀ ਮੇਰਾ ਪੁੱਤ ਜਿੱਤ ਕੇ ਲੈ ਕੇ ਆਇਆ। ਚਾਚੇ ਤਾਇਆਂ ਨੂੰ ਖੁਸ਼ੀ ਹੋਣੀ ਹੈ ਵੀ ਪਲਸਰ ਆਇਆ ਸਾਡੇ ਘਰੇ। ਰਗੜੀ ਬਾਲ ਇਹ ਕਹਿੰਦੇ ਗਾਜੇਬਾਜ਼ ਦੀ ਧਰਤੀ ਦਾ ਕਾਲਾ ਕਾਲਾ ਕਹਿੰਦੇ ਬਾਲਾਂ ਪਾ ਰਹੇ ਹੈ। ਪੰਜਾਬ ਦੇ ਵੱਡੇ ਮੇਲੇ ਹੈ ਪਰ ਤੋਂ ਹੀਰਾ ਸਿੰਘ ਦੇ ਕੱਪ ਦੇ ਮੇਰੇ ਵੀਰੇ ਹੋ, ਹੋਰ ਟਰੈਕਟਰ ਦਿੱਤਾ ਜਾਣਾ ਹੈ ਲੰਡੀ ਜੀਪ ਦੇਣੀ ਹੈ। ਬਲਜੀਤ ਹੋਣੀ ਹੈ ਸਾਡੇ ਪੱਤੋ ਵਾਲੇ ਲਵੀ ਹੋਣੀ ਕਹਿੰਦੇ ਆਪਾਂ 14 ਤਰੀਕ ਨੂੰ ਫੋੜ ਦੇਣਾ ਹੈ ਤੇ ਇੱਧਰ ਲਾਵਲੇ ਕਹਿੰਦੇ ਜਿੰਨੇ ਵੀ ਦਰਸ਼ਕ ਸਾਰਿਆਂ ਨੇ ਵੱਧ ਤੋਂ ਵੱਧ ਮਾਰ ਕਰਨਾ ਹੈ
ਉਧਰ ਮੇਰੀ ਬੇਨਤੀ ਹੈ ਰਣ ਸਿੰਘ ਜੀ ਪੱਤਰਕਾਰ ਉਹ ਸਟੇਜ ਤੇ ਪੁੱਜਣਗੇ ਜੀ ਰਣ ਸਿੰਘ ਜੀ ਪੱਤਰਕਾਰ ਮੇਰੀ ਬੇਨਤੀ ਉਹਨਾਂ ਨੂੰ ਨਾਲੀ ਪ੍ਰਬੰਧਕਾਂ ਵੱਲੋਂ ਵੀ ਸਟੇਜ ਤੇ ਆ ਜਾਣਗੇ ਰਣ ਸਿੰਘ ਜੀ ਪੱਤਰਕਾਰ ਲਓ ਸਿਰੇ ਦੀ ਬਾਲ ਕਾਲਾ ਕਿਤੇ ਗਾਜੇ ਵਾਸੀ ਹੈ ਤੇ ਸੋਹਣੀ ਤਰਾਈ ਹੈ ਖੇਡ ਦੇ ਮੈਦਾਨ ਵਿੱਚ ਤਿੰਨ ਓਵਰ ਸਮਾਪਤ ਨੇ ਕਿੰਨੇ ਰਹਿਣਾ ਜੀ ਛੱਬੀ ਰਹਿਣਾ ਮੇਰੇ ਤਿੰਨ ਓਵਰ ਦੀ ਸਮਾਪਤੀ ਦੇ ਛੱਬੀ ਰਹਿਣਾ ਤਲਵੰਡੀ ਮਲਕ ਦੇ ਛੇ ਛੇ ਓਵਰ ਲੈ ਕੇ ਮੈਚ ਖੇਡੇ ਜਾ ਰਹੇ ਹੈ ਚੌਥੇ ਓਵਰ ਦੀ ਸ਼ੁਰੂਆਤ ਕਮਲ ਫਿਰ ਜਿਹੜੇ ਪਾਵੇਗਾ ਖੇਡ ਦੇ ਮੈਦਾਨ ਵਿੱਚ ਗੱਲਾਂ ਚੱਲੀਏ ਕਮਲ ਨਵਾਂ ਪਿੰਡ ਹੀ ਹੈ ਐਨ ਪੰਡਾਲ ਡੋਲੇ ਦਾ ਏਰੀਆ ਮੇਰੇ ਵੀਰਿਓ ਕਬੱਡੀ ਦੇ ਵਿੱਚ ਬੜਾ ਨਾਮ ਹੋਇਆ ਤੇ ਐਨ ਗੱਲਾਂ ਕਹਿੰਦੇ ਵਰਲਡ ਕੱਪ ਦੇ ਵਿੱਚ ਤਕੜੀਆਂ ਕਬੱਡੀਆਂ ਪਾ ਕੇ ਕਹਿੰਦੇ ਇਹਨੇ ਨੂੰ ਜਿਤਾਇਆ ਉਸ ਖਿਡਾਰੀ ਨੇ ਐਨ ਕਮਲ ਦੀਆਂ ਵੀ ਗੱਲਾਂ ਚੱਲੀਆਂ ਪਰ ਐਨ ਹੁਣ ਸ਼ੀਰਾ ਪਿੱਥੋਂ ਵਾਲਾ ਵੀ ਕਹਿੰਦੇ ਲਹਿਰੇ ਵਾਲੇ ਇੱਕ ਮੋਟਰਸਾਈਕਲ ਹੋਰ ਜਿੱਤੇ ਹੈ ਤੇ ਐਨ ਬੱਲੇ ਬੱਲੇ ਕਰਵਾਈ ਹੈ ਤੇ ਕੱਲ੍ਹ ਚੌਕੇ ਦਾ ਕਬੱਡੀ ਕੱਪ ਹੋਇਆ ਜਿੱਥੇ ਲੱਖੀ ਨੇ ਦੱਸਿਆ ਵੀ ਭਾਈ ਨੂੰ ਮੇਰੀ ਟੀਮ ਫਸਟ ਤੇ ਜਿਹੜਾ ਸੈਕਿੰਡ ਰਹੀ ਹੈ ਐਨ ਤਕੜੇ ਮੈਚ ਖੇਡੇ ਗਏ ਹੈ ਕਬੱਡੀ ਤੇ ਕ੍ਰਿਕਟ ਐਨ ਪੰਜਾਬ ਦੇ ਵਿੱਚ ਐਨ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਘਰ ਭਰੀ ਗੱਲ ਹੈ ਚੌਹਾਨ ਕਹਿੰਦੇ ਟੂਰਨਾਮੈਂਟ ਦਾ ਬਾਸ਼ੀ ਮਸ਼ੀਨ ਦਾ ਜੇਤੂ ਗੰਢੂਆਂ ਦੇ ਕੱਪ ਦਾ ਕਹਿੰਦੇ ਪੰਸਰ ਦਾ ਜੇਤੂ ਬਣ ਸਕਦਾ ਹੈ ਕਹਿੰਦੇ ਰੱਖੜੇ ਦੀ ਧਰਤੀ ਦਾ ਸਿਆਸਤਦਾਨਾਂ ਦੇ ਪਿੰਡ ਦਾ ਹੈ ਉਧਰ ਲਾਇਕ ਰੱਖਣੇ ਵਾਲਿਆ ਪਹਿਲੀ ਬਾਲ ਦੇ ਛੱਕਾ ਵੱਜਿਆ ਕਹਿੰਦੇ ਲਵ ਪ੍ਰੇਮ ਪਿਆਰ ਮੁਹੱਬਤ ਨੋਵਲ 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 ਹੋ ਗਈ ਹੈ ਮੇਰੀ ਵੀਡੀਓ ਇਹ ਕਹਿੰਦੇ ਰੱਖਣੇ ਵਾਲਾ ਐਡੀਡਾਸ ਪਾਈ ਹੈ ਟੀ ਸ਼ਰਟ ਦੁਨੀਆ ਬ੍ਰਾਂਡ ਪਾਉਂਦੀ ਹੈ ਤੇ ਮੁੰਡਾ ਰੱਖੜੇ ਵਾਲਾ ਕਹਿੰਦੇ ਫਿਰ ਜੀਵਾ ਬਾਲ ਪਾਉਣ ਦੇ ਲਈ ਤਿਆਰ ਹੈ ਇੱਕ ਜੀਆ ਕਹਿੰਦੇ ਬਠਿੰਡੇ ਵਾਲਾ ਪ੍ਰਸਿੱਧ ਹੋਇਆ ਆਪਣੇ ਸਮੇਂ ਦੇ ਵਿੱਚ ਮੇਰੇ ਵੀਰ ਥੱਲੇ ਡਿੱਗੀ ਜੀ ਉੱਤੋਂ ਦੀ ਲੰਘਦੀ ਹੈ ਨੋਈ ਹੋਊਗੀ ਗੱਲੀ ਬੰਨ ਬਾਉਣ ਨੀ ਹੋਣੀ ਨੋ ਵਾਲਾ ਮੇਰੀ ਗੱਲੀ ਨੋ ਵਾਲਾ ਲੋ ਬਾਲ ਕਹਿੰਦੇ ਨੋ ਹੈ ਤੇ ਮੁੰਡਾ ਕਹਿੰਦੇ ਪੰਜਾਬ ਪੁਰਸੀਆ ਬਾਲਾ ਪਾ ਰਹੇ ਹੈ ਐਨ ਕਹਿੰਦੇ ਭਾਸੋ ਥਾਣੇ ਦੇ ਵਿੱਚ ਡਿਊਟੀ ਹੈ ਆਹ ਖਿਡਾਰੀ ਦੀ ਜਿਹੜਾ ਬਾਲਾ ਪਾ ਰਿਹਾ ਨਾ ਰੱਖਣੇ ਵਾਲਾ ਜੀਵ ਹੈ ਐਨ ਲਹਿਰੇ ਵਾਲਿਆ ਭਾਸੋ ਥਾਣੇ ਦੇ ਵਿੱਚ ਡਿਊਟੀ ਹੈ ਰਣ ਸਿੰਘ ਜੀ ਪੱਤਰਕਾਰ ਸਾਡਾ ਧੰਨਵਾਦ ਹੈ ਸਾਡੇ ਦਰਗਿਆਨ ਪੁੱਜੇ ਹੋਏ ਹੈ ਹੋ ਗਿਆ ਟਾਈਮ ਤਰ੍ਹਾਂ ਇੱਕ ਤਾੜੀ ਵੱਲੋਂ ਸਵਰਗ ਹਾਸ ਗਿਆ ਵਾਲਾ ਆ ਗਿਆ ਕੀ ਹੋ ਗਿਆ ਲੱਖੀ ਬੈਂਕ ਬੰਦ ਕਰਕੇ ਗੱਲ ਕਰਨਾ ਬਾਈ ਪੁੱਛਦੇ ਤਾਂ ਹੈਗੇ ਆ ਕੀ ਹੋ ਗਿਆ ਉਹ ਤਾੜੀ ਦਾ ਮਾਰੇ ਕਰੀ ਸਵਰਨੇ ਦੇ ਨਾਂ ਤੇ ਇਹਦੇ ਕਹਿੰਦੇ ਐਕਸ਼ਨ ਹੈ ਨਾ ਜਿਹੜੇ ਦੁਨੀਆਂ ਮਰੀਜ਼ ਕੀਤੀ ਹੋਈ ਹੈ ਸਵਰਨੇ ਤੋਂ 7 ਵਜੇ ਲੋਕਾਂ ਨੇ ਦੁਆਵਾਂ ਕੀਤੀਆਂ ਵੀ ਸਵਰਨਾ ਠੀਕ ਹੋ ਜੇ ਇਹ ਵੀ ਸਵਰਨੇ ਸੈਮੀ ਫਾਈਨਲ ਚੱਲ ਪਏ ਹੈ ਟੀ ਸ਼ਰਟ ਲਾਲਾ ਭਰਾ ਮੇਰੇ ਹੈ ਤੇ ਆ ਜਾ ਵੀ ਨੌਜਵਾਨ ਹੈ ਥੋੜੀ ਪ੍ਰੋਬਲਮ ਆਈ ਕਹਿੰਦੇ ਇਹਦੇ ਘਰੇ ਬਾਬਾ ਜੀ ਕਰਨ ਮੇਰ ਹਰ ਕੋਈ ਕਹਿੰਦੇ ਐਨ ਰੋਜੀ ਰੋਟੀ ਦੇ ਪਿੱਛੇ ਤੁਰਿਆ ਫਿਰਦਾ ਹੈ ਭਾਵੇਂ ਕੋਈ ਪ੍ਰੇਅਰ ਹੈ ਭਾਵੇਂ ਕੋਈ ਬੁਲਾਰਾ ਭਾਵੇਂ ਕਰਤੱਵ ਕਰਨ ਵਾਲਾ ਹੈ ਤੇ ਭਾਵੇਂ ਅੰਬੈਰ ਹੈ ਸਾਰੇ ਕਹਿੰਦੇ ਰੋਜੀ ਰੋਟੀ ਦੇ ਲਈ ਤੁਰੇ ਫਿਰਦੇ ਆ ਬਾਬੇ ਨੇ ਚੋਗ ਖਿਡਾਰੇ ਹੈ ਤੇ ਸਾਰੀ ਚੋਗਦੇ ਫਿਰਦੇ ਹੈ ਮੁੰਡਾ ਹੈ ਪੰਜਾਬ ਪੁਲਿਸ ਵਾਲਾ ਕਦੇ ਗੀਤਾਂ ਚ ਗੱਲਾਂ ਹੋਈਆਂ ਵੀ ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਵਾਰਾਂ ਦੇ ਰੱਖਣੇ ਵਾਲਾ ਮੇਰੇ ਵੀ ਦਿਓ ਐਨ ਤਕੜਾ ਖਿਡਾਰੀ ਹੈ ਅਗਲੀ ਤਰੀਕ ਦਾ ਕਿਆ ਰੋਲਾ ਪਤਾ ਹੈ ਇੱਕ ਮਿੰਟ ਦੀ ਹਾਂਜੀ ਹਾਂਜੀ 41 ਸਨਮਾਨ ਕਰਨ ਲੱਗੇ ਜੀ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਸਪੁੱਤਰੀ ਸਰਦਾਰ
ਗਰਮੇਲ ਸਿੰਘ ਇੱਕ ਤਾਰੀ ਮਾਰ ਰਹੀ ਹੈ ਸਰਬੱਤੀ ਦੇ ਲਈ, ਇੱਕ ਤਾਰੀ ਮਾਰ ਦਿਓ। ਮੈਂ ਕਹਿੰਦਾ ਜੀ ਜਿਹਦੇ ਧੀ ਨੀ ਹੈਗੀ ਇਹਨੂੰ ਅਗਲੀ ਨੀ ਆਉਂਦੀ, ਇਹ ਗੱਲ ਪੱਕੀ ਹੈ। ਮੇਰੇ ਖੁਦ ਧੀ ਆ ਤੇ ਮੈਨੂੰ ਇੱਡਾ ਕੁ ਮਾਣ ਆ ਨਾ ਮੇਰੀ ਧੀ ਦੇ ਕਰਦੇ ਆ ਗੱਲ ਕਿ ਭਾਈ ਇੱਕ ਗੱਲ ਆ ਇੱਥੇ ਸਾਡੇ ਡੀਜੀ ਸਾਹਿਬ ਖੜੇ ਹੋਏ ਆ, ਬਸ ਮੇਰਾ ਕੀ ਮਸ਼ਵਰਾ ਵੀ ਉਹ ਪ੍ਰੇਅਰ ਹੀ ਬਣੇ, ਪੜ੍ਹਾਈ ਪੜ੍ਹਾਈ ਦਾ ਹੁੰਦੀ ਰਹਿਣੀ ਹੈ ਪਰ ਪ੍ਰੇਅਰ ਬਣ ਗਏ ਤੇ ਚੜ੍ਹਦਾ ਆਪਦੇ ਆਪ ਹੀ ਹੋ ਜਾਣੀ ਹੈ, ਇਹ ਗੱਲ ਪੱਕੀ ਹੈ। ਇੱਕ ਇੱਕ ਵਾਰੀ ਭੈਣਾਂ ਮਾਵਾਂ ਦੇ ਨਾਂ ਦੇ ਜ਼ੋਰਦਾਰ ਤਾੜੀ ਮਾਰ ਦਿਓ, ਵੇਖੀਓ ਨਾ ਆਉਣਾ ਚਾਹੀਦਾ ਸਾਨੂੰ ਆਪਣੀਆਂ ਬੱਚੀਆਂ ਦੇ। ਮੇਰਕਾ ਰਾਣੀ ਸਪੁੱਤਰੀ ਪੰਮੀ ਰਾਮ ਇਹਦਾ ਸਨਮਾਨ ਹੋਣਾ ਇਸ ਬੱਚੀ ਦਾ, ਇਹਦੀ ਬਾਕਸਿੰਗ ਖੇਡੀ ਹੈ, ਇਹਦੇ ਜੇ ਮਾਪੇ ਸੁਣਦੇ ਹੋਣ ਤੇ ਬੱਚਿਆਂ ਨੂੰ ਹਟਾਇਓ ਨਾ ਖੇਡੋ, ਇਹਨਾਂ ਨੂੰ ਖੇਡਣ ਦਿਓ, ਖੇਡਣ ਦਿਓ ਤੇ ਕਿਹੋ ਧੀ ਮੇਰੀ ਹੈ ਮੇਰਾ ਨਾਂ ਤੂੰ ਹੀ ਚਮਕਾਉਣਾ ਹੈ ਤੇ ਐਨ ਸਿਆਣੇ ਬਣ ਕੇ ਖੇਡੀ ਦੇ ਤੇਰਾ ਨਾਂ ਜਿਹੜਾ ਦੁਨੀਆਂ ਦੇ ਚੱਲੇ ਜਾਣਾ ਹੈ, ਨਾਂ ਚੱਲਦਾ ਜਿਹੜੇ ਮਿਹਨਤ ਕਰਦੇ ਨਾ ਉਹਨਾਂ ਦਾ ਨਾਂ ਚੱਲਦਾ, ਮੇਰੇ ਵੀਰ ਜਿਹੜੇ ਮਿਹਨਤ ਕਰਦੇ ਨਾ ਉਹਨਾਂ ਦਾ ਨਾਂ ਚੱਲਦਾ, ਮਿਹਨਤ ਕਦੇ ਖੁੱਜੀ ਨਹੀਂ ਜਾਂਦੀ, ਇਹ ਮਿਹਨਤ ਜੋ ਕਰਦਾ ਹੈ। ਸਿਆਣੇ ਕਹਿੰਦੇ ਆ ਤੇ ਕਹਿੰਦੇ 12 ਸਾਲ ਬਾਅਦ ਰੂਬੀ ਦੀ ਵੀ ਸੁਣੀ ਜਾਂਦੀ ਹੈ, ਇਹ ਜੇ ਬੰਦਾ ਮਿਹਨਤ ਕਰਦਾ ਰਹੇ ਨਾ ਸੁਣਿਆ ਜ਼ਰੂਰ ਜਾਂਦਾ ਹੈ। ਮੈਂ ਕਿਹਾ ਜੀ ਹੋਰ ਕੋਈ ਸਨਮਾਨ ਰਹਿੰਦਾ ਤੇ ਬਲਜੀਤ ਨੂੰ ਵੀ ਸੱਦ ਲਓ ਜਰਾ, ਆਹ ਫੋਨਾਂ ਨੀ ਦੁਨੀਆਂ ਪੱਕੀ ਹੈ ਜੀ, ਗੱਲੀ ਸਰਦੇ ਵੀ ਉਹਦੀ ਕਹਿੰਦਾ ਜੀ ਫੋਨ ਕਰਿਆ ਹੋਇਆ, ਬਲਵੀਰ ਕਿੱਥੇ ਹੈ ਲੋ ਵੇਖੋ ਖੇਡ ਦੇ ਮੈਦਾਨ ਵਿੱਚ ਮੇਰੇ ਪੰਜਾਬੀ ਵੀਰ ਨਾਲ ਕਹਿੰਦੇ ਪੌੜ ਜਾ ਰਹੇ ਹੈ, ਲਓ ਵੇਖਣਾ ਵੀ ਕਹਿੰਦੇ ਕਾਲਾ ਹੈ ਐਨ ਕਹਿੰਦੇ ਗਾਜੀ ਵਾਸਦਾ, ਲਓ ਰਨ ਚਾਰ ਇੱਥੇ ਪਹੁੰਚੇ ਸਾਡਾ ਵੀਰ ਬਲਵੀਰ, ਲਓ ਲਿਖਣਾ ਵੀ ਸਵਰਨੇ ਉਮਰ ਸਮਾਪਤ ਹੈ, 5 ਉਮਰ ਕਿੰਨੀ ਹੋ ਗਈ ਜੀ, ਕਿੰਨੇ ਵੀਰੇ ਇੱਕ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਜਾਣਾ ਹੈ, ਸ਼ਗਿਰਦਾਂ ਦੇ ਸਨਮਾਨ ਹੋ ਗਏ ਹੈ ਤੇ ਗੁਰੂ ਦਾ ਮਾਣ ਵੀ ਬਣਦਾ ਜ਼ਰੂਰ ਹੈ। ਇੱਕ ਬਲਵੀਰ ਦੇ ਨਾਂ ਤੇ ਵੀ ਤਾੜੀ ਮਾਰ ਦਿਓ, ਬਲਵੀਰ ਸਿੰਘ ਦੋ ਚੀਜ਼ਾਂ ਤੋਂ ਬਚ ਕੇ ਰਹੀ, ਇੱਕ ਮਿਸ ਕਾਲ ਤੇ ਇੱਕ ਲਾਲ ਦਵਾਈ, ਇਹ ਦੋਨੇ ਬੰਦੇ ਨੂੰ ਮਾਰ ਦਿੰਦੀਆਂ, ਇੱਕ ਮਿਸ ਕਾਲ ਤੇ ਲਾਲ ਦਵਾਈ ਤੋਂ ਬਚ ਕੇ ਰਹੀ, ਚੜ੍ਹਤ ਹੋ ਜਾਣੀਆਂ ਨੌਜਵਾਨਾਂ ਮਿਹਨਤ ਦੀਆਂ ਗੱਲਾਂ। ਆਓ ਜੀ ਤਾਰਾ ਸਿੰਘ ਜੀ ਦਾ ਕਰ ਲਈਏ ਸਨਮਾਨ ਆਪਾਂ ਸਾਡੇ ਡੀ ਜੀ ਸਾਹਿਬ ਦਾ, ਇਹ ਤਾਂ ਗੱਲ ਨੀ ਬਣਦੀ ਜੀ, ਫਿਰ ਮਿਹਨਤ ਜੀ ਨੇ ਕਰਾਈ ਹੋਵੇ ਉਹਨਾਂ ਦਾ ਸਨਮਾਨ ਜ਼ਰੂਰ ਬਣਦਾ ਹੈ। ਉੱਧਰ ਕਾਕਾ ਭਾਈ ਨੂੰ ਭਾਜੀ ਮਾਣ ਹੈ ਸਾਨੂੰ ਆਪਣੇ ਭਰਾ ਦੇ, ਉਹ ਵੀ ਪੁੱਜਿਆ ਹੋਇਆ ਹੈ, ਵਿਸ਼ਾਲੀ ਕਹਿੰਦੇ ਅੱਜ ਗੱਲਾਂ ਨੋਟ ਕਰੀ ਜਾਂਦਾ ਹੈ ਪਰ ਵਿਸ਼ਾਲੇ ਗੱਲਾਂ ਤਹਾਂ ਦੀ ਲੱਗਦੀਆਂ ਹੈ, ਇਹ ਕਹਿੰਦੇ ਘਾਟੀ ਗੈਲ ਚ ਹੁੰਦੀਆਂ। ਉੱਧਰ ਕਾਕੇ ਦੀ ਉਹ ਗੱਲ ਸਿਰ ਤੋਂ ਨੀ ਲੰਘੇ ਫਲਾਈ ਕਰਕੇ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਜਿਵੇਂ ਕਬਲ ਕਹਿੰਦਾ ਨਾ ਉੱਚੀਆਂ ਨੇ ਕੰਧਾਂ ਤੇਰੇ ਯਾਰ ਦੀਆਂ। ਲਾਓ ਹੋ ਤਗੜਾ ਨੌਜਵਾਨ ਹੈ, ਹੋ
की होगी जेड़ा साडे मुड़े हरियाणी कच्ची पही में जाके बचांगे बाकी कहते शेरी कर मैं सच्ची गल बोला मैं बोलनी नहीं सी सारे कह देंगे सवरना सदना सवरने ने अज तक पैसा किसी को मंग के नहीं लिया भाई ठीक है जिन्ना सवरना लोगों का एंटरटेनमेंट करता है मैनू नहीं लगता भी आप हक दिने जे सवरना हजार मंगू पहली गल तो नहीं ला लो जे मेरे पिंडों मैं कदू जारी करके छड़ते मैं भी इन्हू 500 दे के बरिया देना बरिया दे नहीं होंगे वह पर जिन्नी मेहनत कर रहा है जिन्हिया कमेटियां सोचिया इन्हू हक दे रहा करो ते सुनो सब तो वह खुशी स्वरना कर रहा है एक तारी स्वर देना भी जोरदार मार दो मेरे भीर है स्वर दें और रब की निगाह सीधी रहनी चाहिए रही करके सही गल है बंदे स्वाद ही वखरा है कि हम मैच बोली जे गल्लां निबड़ियां हुण गल्लां नहीं निबड़ियां मैच बोली चली बोली चल मैच बोली गया स्वाद ही फिर आना लोगों को एक सैमी एक फाइनल रही है और चिप कर दी गा हम यही गल सी निबड़ के सम्मान भी हो गए है और तगड़ा मुकाबला खेल ਮਤਲਬ ਬਦਲ ਰਿਹਾ
ਪੰਜ ਦਰਿਆਵਾਂ ਦੀ ਧਰਤੀ ਗੰਗਾ ਜਮਾ ਜਿਹੜਾ ਜਿਹਨੇ ਵੀ ਪੰਜ ਦਰਿਆ ਤੇ ਪੰਜ ਦਰਿਆਵਾਂ ਦੀ ਧਰਤੀ ਤੇ ਅੱਜ ਕੱਲ੍ਹ ਤਿੰਨ ਹੀ ਰਹਿ ਗਏ ਕਹਿੰਦੇ ਦੋ ਲਹਿੰਦੇ ਪੰਜਾਬ ਚ ਚਲੀ ਗਏ ਹੈ ਪੰਜ ਦਰਿਆਵਾਂ ਦੀ ਧਰਤੀ ਰੰਗੜਾ ਪੰਜਾਬ ਤੇ ਕਹਿੰਦਾ ਕਹਿੰਦੇ ਅੱਜ ਜਿਹੜੇ ਸੰਗਰੂਰ ਦੇ ਝੱਠੇ ਪੈਰੋਈਆਂ ਚੱਲਦੀਆਂ ਉਧਰ ਕੈਪਟਰ ਵੀ ਕਹਿੰਦੇ ਪੱਤਾ ਭਾਰ ਹੋਇਆ ਬੈਠਾ ਹੈ ਕੈਪਟਰ ਵੀ ਕਹਿੰਦੇ ਪੱਤਾ ਭਾਰ ਹੋਇਆ ਬੈਠਾ ਮੇਰੇ ਵੀ ਦਿਓ ਐਨ ਜ਼ਿੰਮੇਵਾਰੀਏ ਕੁਲਦੀਪ ਸਾਡਾ ਯਾਰ ਤੇ ਨਾਲ ਬਿੱਕੀ ਵਰਗੇ ਹੈ ਸਾਰੇ ਭਰਾਵਾਂ ਦਾ ਪੱਪੀ ਵਰਗਿਆਂ ਦਾ ਜਿਹਨੇ ਵੀ ਵੀਰ ਬੈਠੇ ਨਾ ਰਣ ਸਿੰਘ ਜੀ ਪੱਤਰਕਾਰ ਸਾਰੇ ਭਰਾਵਾਂ ਦਾ ਵੱਡਾ ਧੰਨਵਾਦ ਹੈ ਗੁਰਪਿਆਰ ਸਿੰਘ ਜੀ ਸਰਪੰਚ ਜਿਹਨਾਂ ਵੱਲੋਂ 11,000 ਦੇ ਵੱਡੇ ਯੋਗਦਾਨ ਹੈ ਐਨ ਦਲੋਤਰਵਾਦੀ ਹੈ ਸਾਰੇ ਭਰਾਵਾਂ ਦੇ ਜੋ ਪਹਿਲੀ ਉਮਰ ਦੀ ਸ਼ੁਰੂਆਤ ਹੈ ਲਾਡੀ ਕਹਿੰਦੇ ਪਾਉਣ ਜਾ ਰਹੇ ਤਲਵੰਡੀ ਮਲਕ ਮਾਰਨ ਮੋਟਰਸਾਈਕਲ ਦੀ ਰੇਸ ਦੇ ਵਿੱਚ ਹੈ ਕੌਣ ਕਹਿੰਦੇ ਕਾਲਾ ਵੀ ਰਹੀ ਦੋ ਕੋਈ ਪਹਿਲਾ ਮੋਟਰਸਾਈਕਲ ਜਿੱਤ ਸਕਦਾ ਹੈ ਕੋਈ ਦੂਜਾ ਕਿਸੇ ਨੇ ਛੇਵਾਂ ਜਿੱਤਣਾ ਹੈ ਗੱਲਾਂ ਚੱਲਣਗੀਆਂ ਮੇਰੇ ਵੀਰੋ ਕੈਲਕੂਲੇਟਰ ਵੀ ਬੈਠਾ ਹੈ ਜਿਹੜਾ ਗੱਲਾ ਗੱਲਾ ਹਿਸਾਬ ਲਈ ਜਾਂਦਾ ਹੈ ਪਹਿਲੀ ਬਾਲ ਵੀ ਹੱਥ ਜੋੜ ਮੱਥਾ ਟੇਕ ਪਹਿਲੀ ਬਾਲ ਪਾਈ ਹੋਵੇ ਛੱਕਾ ਪਿੰਡਾਂ ਵੇਖ ਦਾੜੀ ਲੋਕਾਂ ਨੇ ਬਜਾਈ ਹੋਵੇ ਦੂਜੀ ਬਾਲ ਉੱਤੇ ਬੇਟ ਲੈ ਕੇ ਜਦੋਂ ਆਣ ਪਿੱਚ ਉੱਤੇ ਖੜਦਾ ਵੀ ਫੇਰ ਦਿਲ ਗੱਭਰੂ ਦਾ ਉੱਡ 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 ਜੀ ਉੱਡ ਜੂ ਕਰਦਾ ਉੱਡ ਜੀ ਉੱਡ ਜੂ ਕਰਦਾ ਸਵੇਰ ਦੀ ਬਾਲ ਲਾਡੀ ਕਹਿੰਦੇ ਤਲਵੰਡੀ ਮਲਕ ਵਾਲਾ ਮੇਰੇ ਵੀਰ ਲਾਡੀ ਦੀ ਬਾਲ ਹੈ ਕਾਲਾ ਵੀ ਕਹਿੰਦੇ ਸਵਾਦ ਕਰੀ ਜਾਂਦਾ ਹੈ ਲਈ ਕਰਕੇ ਇੱਕ ਪਾਸੇ ਸੰਗਰੂਰ ਤੇ ਦੂਜੇ ਪਾਸੇ ਜਿਹੜਾ ਪਟਿਆਲਾ ਲਓ ਪਟਿਆਲੇ ਵਾਲੇ ਹੈ ਆਹੋ ਪਟਿਆਲੇ ਵਾਲੇ ਸਵਰਨਾ ਇੱਥੋਂ ਨੀ ਲੰਘਿਆ ਜਾਊਗਾ ਆਏ ਆਏ ਗਈ ਹੈ ਬਾਲ ਇੱਕ ਤਾੜੀ ਮਾਰੋ ਜੱਠੇ ਵਾਲਿਓ ਸਵਰਨੇ ਦੇ ਨਾਂ ਤੇ ਇੱਕ ਤਾੜੀ ਮਾਰ ਦਿਓ ਲਖੀ ਕਮਿੰਡ ਕਮੇਟੀ ਦੇ ਹੁਣ ਆਇਆ ਜੇ ਕਾਲਾ ਚ ਮੋਟਰਸਾਈਕਲ ਜਿੱਤੋ ਨਾ ਹੋਰ ਮੇਰੇ ਜੱਗੇ ਵਾਲੀਓ ਗੱਲ ਕਿਆ ਗੁਰਵੀਰ ਖੁਰਦ ਵਾਲਾ ਜੱਗੇ ਦੇ ਲਈ ਹੋਰ ਦੀ ਸਮਾਧੀ ਦੇ 16 ਨਾਲ ਹੋ ਗਏ ਨਾ ਵੀਰੇ 16 ਸੁਰ ਹੋ ਚੁੱਕੇ ਹੈ ਪਹਿਲੇ ਹੋਰ ਦੀ ਸਮਾਧੀ ਹੋਈ ਹੈ ਲੈ ਲੱਖੀ ਹੁਣ ਪੈਸੇ ਲੱਗਣੇ ਸ਼ੁਰੂ ਹੋ ਗਏ ਹੈ ਜੇ ਕੰਨੂ ਮੋਟਰਸਾਈਕਲ ਜਿੱਤੂਗਾ ਘੁੱਗੀ ਸ਼ਾਹਪੁਰੀਆ ਤੇ ਜਨੇਰ ਦਾ ਸੰਧੂ ਕਹਿੰਦਾ ਵੀ 11,000 ਦੇ ਦਿਆਂਗੇ 11,000 ਦੇ ਦਿਆਂਗੇ ਤਾੜੀ ਤੂੜੀ ਮਾਰ ਦਿਓ ਐਨ ਨੋਟ ਲੱਗਣੇ ਸ਼ੁਰੂ ਹੋ ਗਏ ਹੈ ਐਨ ਮੋਟਰਸਾਈਕਲ ਤੇ 16,100 ਲੱਗ ਗਿਆ ਹੈ 16,100 ਲੱਗ ਗਿਆ ਲੈਣੇ ਵਾਲੇ ਆ ਜੇ ਭਟਾਲ ਵਾਲਾ ਜਿੱਤ ਗਿਆ ਤੇ ਉਹਦੇ ਤੇ ਵੀ ਗੁਰਪ੍ਰਧਾਨ ਸਾਹਿਬ ਸਾਰਾ ਕੁਛ ਭਟਾਲ ਵਾਲਾ ਕਿੱਥੇ ਇੱਧਰੋਂ 11,000 ਲੱਗ ਗਿਆ ਅਗਲਾ ਰਹੀ ਸ਼ਿਰ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਲਓ ਚੰਡੀਗੜ੍ਹ ਰਾਣਾ ਮੇਰੇ ਵੀਰ ਖੇਡ ਦੇ ਮੈਦਾਨ ਵਿੱਚ ਬੁਲਟ ਵੱਜੀ ਹੈ ਵੇਖੋ 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 ਵਾਹ ਵਾਹ ਥੱਲੇ ਤਾੜੀ ਵਾਲੋ ਖੁੱਲ ਗਏ ਆਵੇ ਸਵਰਨੇ ਆਹੋ ਸਵਰਨੇ ਹੈ ਨਖਰੇ ਕਰਦਾ ਐਨ ਕਹਿੰਦੇ ਰੱਖਣਾ ਜਾ ਪਰੇਰ ਹੈ ਅੰਦਰ ਵੀ ਚੋਟੀ ਦਾ
ਤਕੜੀ ਕਰਕੇ ਖੇਡੀ ਆਪਣੇ ਸਮੇਂ ਦੇ ਵਿੱਚ ਲਓ ਵੇਖਾ ਗਏ ਜੀਵਾ ਵੀ ਹੱਸਿਆ ਵੀ ਕੀ ਚੀਜ਼ ਬਣਾਇਆ ਸਵਰਨਾ ਰੱਬ ਨੇ ਇਹਦਾ ਰੱਬ ਨੂੰ ਨੀ ਪਤਾ ਵੀ ਸਵਰਨਾ ਕੀ ਚੀਜ਼ ਹੈ ਲਓ ਵੇਖੋ ਸਲੋਰ ਬਾਲ ਰਾਣਾ ਚੰਡੀਗੜ੍ਹੀਆ ਮੇਰੇ ਵੀ ਖੇਡ ਦੇ ਮੈਦਾਨ ਵਿੱਚ ਪਾਉਂਦਾ ਹੋਇਆ ਐਨ ਰੰਗਲੇ ਪੰਜਾਬ ਦੇ ਨੌਜਵਾਨ ਹੈ ਗੋਡੀਆਂ ਦੇ ਸਿੰਘ ਫਸੇ ਪਏ ਹੈ ਚੋਟੀ ਦਾ ਮੈਚ ਹੈ ਐਨ ਟੱਕਰ ਕਹਿੰਦੇ ਸਿਰੇ ਰਹੀ ਹੈ ਜੀ ਟੱਕਰ ਹੋ ਗਈ ਸ਼ੇਰਾਂ ਦੀ ਖੜਕੇ ਵੇਖੇ ਕੋਲੇ ਜਮਾਨਾ ਵੀ ਮੋਟਰਸਾਈਕਲ ਉਹੀ ਹੋ ਜਿੱਤਣਗੇ ਇਹਨਾਂ ਦੇ ਡੋਲਿਆਂ ਪੱਟਾਂ ਗੁੰਡਾਂ ਵਿੱਚ ਜਾਨਾਂ ਦੇ ਮੋਟਰਸਾਈਕਲ ਦੀ ਦੌੜ ਵਿੱਚ ਮੈਨੂੰ ਇਹ ਕਿਉਂ ਲੱਗੀ ਜਾਂਦਾ ਵੀ ਦੋਨਾਂ ਨੇ ਪਿੰਡ ਦੀ ਕਿਤੇ ਦੋ ਖਰਗੋਸ਼ ਭੱਜੀ ਜਾਂਦੇ ਕੱਛੂ
ਮੂਰਤੀ ਲੰਘ ਜੇ ਇਹ ਗੱਲ ਨਾ ਹੋ ਜੇ ਉਹ ਪੱਟਾ ਲਾ ਲਿਆ ਸ਼ਿਰਾ ਤਗੜਾ ਰਹੀ ਤੈਨੂੰ ਮੈਂ ਦੱਸਿਆ ਤਗੜਾ ਰਹੀ ਮੇਰਾ ਜੋਰ ਤੇਰੇ ਦੀ ਲੱਗਿਆ ਤਗੜਾ ਰਹੀ ਸ਼ਿਰਾ ਆਪਾਂ ਬਸ 500 ਦਾ ਤੇਲ ਪਾ ਕੇ ਪ੍ਰਿੰਸਦ ਰਹੀ ਠੀਕ ਹੈ ਜਿੱਤ ਜਿਹੜਾ ਮਰਜ਼ੀ ਜਾਵੇ ਨਵਾਂ ਬੰਦਾ ਜਿੱਤ ਕਹਿੰਦੇ ਸਵਾਦ ਹੀ ਵੱਖਰਾ ਹੈ ਉਧਰ ਰੱਖ ਲੈ ਕੰਮ ਸ਼ੁਰੂ ਕਰਦਾ ਹੈ ਸ਼ੱਕਾ ਕਹਿੰਦੇ ਟਿਕਾਣੇ ਨਾਲ ਬੱਜ ਕੇ ਖੇਡ ਦੇ ਮੈਦਾਨ ਵਿੱਚ ਪੰਡਾਲ ਦੀ ਬੋਲੀਆਂ ਸ਼ਾਜਲੀ ਦੀ ਬੈਟਿੰਗ ਠੀਕ ਹੈ ਜੀ ਪੰਡਾਲ ਦੀ ਬਾਲ ਤੇ ਸ਼ਾਜਲੀ ਜੀ ਕਹਿੰਦੇ ਬੈਟਿੰਗ ਦੂਜਾ ਸੈਮੀ ਫਾਈਨਲ ਮੈਚ ਹੈ ਲਵਲੀ ਬਾਲ ਕਹਿੰਦੇ ਸਵਾਰ ਕਰਕੇ ਜੀਵਾ ਹਾਂ ਉਹ ਪੰਜਾਬ ਪੜੋਸੀ ਹੈ ਰੂਪਾ ਫੇਰੀ ਵਾਲੇ ਭੱਜ ਕੇ ਬਾਹਰ ਆ ਜਾ ਉਧਰ ਵੇਖੋ ਲਾ ਇੱਕ ਹੋਰ ਸ਼ੱਕਾ ਇੱਕ ਹੋਰ